ਜਾਖੜ ਤੋਂ ਹਲਕਾ ਵਿਧਾਇਕ ਸੁਖਿੰਦਰ ਸਿੰਘ ਕੋਟਲੀ ਜੀ, ਸੁਜਾਲਪੁਰ ਤੋਂ ਹਲਕਾ ਵਿਧਾਇਕ ਟੀਮ ਸਮੇਤ ਖੁਸ਼ੀ ਦਾ ਮਾਹੌਲ ਜ਼ਾਹਿਰ ਕੀਤਾ ਜਾ ਰਿਹਾ। ਬਾਬਾ ਹਰੀ ਜੀ ਕਾਫੀ ਜਿਹੜਾ ਵਰਕਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ। ਤਸਵੀਰ ਤੁਹਾਨੂੰ ਦਿਖਾ ਦਈਏ ਕਿ ਕਾਫੀ ਜਿਹੜਾ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਖੂਨ ਮਿੱਠਾ ਕਰਵਾਇਆ ਜਾ ਰਿਹਾ। ਬਿਲਕੁਲ ਖੁਸ਼ੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ। ਮੈਂ ਥੱਲੇ ਕਰੋ ਪਰਿਵਾਰ ਦੇ ਨਾਲ ਚੰਨੀ ਸਾਹਿਬ ਵੱਡੀ ਲੇਅਰ ਜਿਹੜੀ ਚਰਨਜੀਤ ਸੀ ਚੰਨੀ ਆਪਣੇ ਪਰਿਵਾਰ ਦੇ ਨਾਲ ਜਿਹੜੀ ਖੁਸ਼ੀ ਜਿਹੜੀ ਜ਼ਾਹਿਰ ਕੀਤੀ ਜਾ ਰਹੀ ਹੈ। ਮੂੰਹ ਮਿੱਠਾ ਕਰਵਾਇਆ ਜਾ ਰਿਹਾ ਲੱਡੂਆਂ ਦੇ ਨਾਲ। ਕਿਤੇ ਨਾ ਕਿਤੇ ਪਰ ਜਲੰਧਰ ਦੀ ਜਨਤਾ ਨੇ ਜਿਹੜਾ ਕੀ ਹੈ ਭਾਰੀ ਮਾਤਰਾ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਵੋਟ ਪਾ ਕੇ ਅੱਜ ਜੇਤੂ ਕਰਾਰ ਕੀਤਾ। ਚੰਨੀ ਸਾਹਿਬ ਇੱਧਰ ਦੇਖ ਕੇ ਜਾਖੜ ਤੋਂ ਹਲਕਾ ਵਿਧਾਇਕ ਸੁਖਿੰਦਰ ਸਿੰਘ ਕੋਟਲੀ ਜੀ, ਸੁਜਾਲਪੁਰ ਤੋਂ ਹਲਕਾ ਵਿਧਾਇਕ ਟੀਮ ਸਮੇਤ ਖੁਸ਼ੀ ਦਾ ਮਾਹੌਲ ਜ਼ਾਹਿਰ ਕੀਤਾ ਜਾ ਰਿਹਾ। ਬਾਬਾ ਹਰੀ ਜੀ ਕਾਫੀ ਜਿਹੜਾ ਵਰਕਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ। ਤਸਵੀਰ ਤੁਹਾਨੂੰ ਦਿਖਾ ਦਈਏ ਕਿ ਕਾਫੀ ਜਿਹੜਾ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਖੂਨ ਮਿੱਠਾ ਕਰਵਾਇਆ ਜਾ ਰਿਹਾ। ਬਿਲਕੁਲ ਖੁਸ਼ੀ ਜਿਹੜੀ ਸਾਂਝੀ ਕੀਤੀ ਜਾ ਰਹੀ ਹੈ। ਮੈਂ ਥੱਲੇ ਕਰੋ ਪਰਿਵਾਰ ਦੇ ਨਾਲ ਜਿਹੜੀ ਸਾਂਝੀ ਵੱਡੀ ਲੇਅਰ ਜਿਹੜੀ ਚਰਨਜੀਤ ਸੀ ਚੰਨੀ ਆਪਣੇ ਪਰਿਵਾਰ ਦੇ ਨਾਲ ਜਿਹੜੀ ਖੁਸ਼ੀ ਜਿਹੜੀ ਜ਼ਾਹਿਰ ਕੀਤੀ ਜਾ ਰਹੀ ਹੈ। ਮੂੰਹ ਮਿੱਠਾ ਕਰਵਾਇਆ ਜਾ ਰਿਹਾ ਲੱਡੂਆਂ ਦੇ ਨਾਲ।
ਕਿਤੇ ਨਾ ਕਿਤੇ ਪਰ ਜਲੰਧਰ ਦੀ ਜਨਤਾ ਨੇ ਜਿਹੜਾ ਕੀ ਹੈ ਭਾਰੀ ਮਾਤਰਾ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਇਹ ਵੋਟ ਪਾ ਕੇ ਅੱਜ ਜੇਤੂ ਕਰਾਰ ਕੀਤਾ ਚੰਨੀ ਸਾਹਿਬ ਇੱਧਰ ਦੇਖ ਕੇ।